ਸਤਿ ਸ਼੍ਰੀ ਅਕਾਲ, ਮੈਂ ਹਾਂ ਅੰਮ੍ਰਿਤ ਵਿਰਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ ਅਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਅੱਜ ਗੱਲਬਾਤ ਕਰਾਂਗੇ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੀ, ਜਿਹੜੇ ਹਮੇਸ਼ਾ ਤੋਂ ਹੀ ਜੁੜਿਆ ਉਹ ਕਦੇ ਵੀ ਸੁਖਾਲੇ ਨਹੀਂ ਹੋਏ, ਪਰ ਹੁਣ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਸੀ ਇਮਰਾਨ ਖਾਨ, ਅਤੇ ਲੱਗਾ ਸੀਗਾ ਕਿ ਸ਼ਾਇਦ ਪਾਕਿਸਤਾਨ ਜਿਹੜਾ ਹੈ ਉਹ ਕੁਝ ਸੁਧਰ ਜਾਵੇਗਾ, ਅਤੇ ਅਜਿਹਾ ਹੀ ਹੋਇਆ। ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬਕਾਇਦਾ ਚਿੱਠੀ ਵੀ ਲਿਖੀ ਹੈ ਕਿ ਦੋਵੇਂ ਦੇਸ਼ ਆਪਸ ਦੇ ਵਿੱਚ ਗੱਲਬਾਤ ਕਰਨ, ਅਤੇ ਨਿਊਯਾਰਕ ਦੇ ਵਿੱਚ ਅਗਲੇ ਹਫ਼ਤੇ ਸੰਮੇਲਨ ਹੋਣ ਜਾ ਰਿਹਾ ਸੀ ਅਤੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਗੱਲਬਾਤ ਵੀ ਕਰਨੀ ਸੀ। ਉਮੀਦਾਂ ਸੀਗੀਆਂ ਕਿ ਇਸ ਗੱਲਬਾਤ ਦੇ ਨਾਲ ਜਿਹੜਾ ਦੋਵਾਂ ਦੇਸ਼ਾਂ 'ਚ ਅਮਨ ਸ਼ਾਂਤੀ ਦਾ ਸੁਨੇਹਾ ਦਿੱਤਾ ਜਾਵੇਗਾ। ਕਰਤਾਰਪੁਰ ਲਾਂਘਾ ਜਿਹੜਾ ਕਿ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ, ਉਸ ਸੰਬੰਧੀ ਵੀ ਜਿਹੜਾ ਹੈ ਭਾਰਤ ਪਾਕਿਸਤਾਨ ਦੇ ਅੱਗੇ ਗੱਲ ਰੱਖੇਗਾ। ਪਰ ਅਫਸੋਸ ਕਿ ਕੱਲ੍ਹ ਭਾਰਤ ਸਰਕਾਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਇਹ ਮੁਲਾਕਾਤ ਜਿਹੜੀ ਹੋਣੀ ਸੀ ਉਹ ਰੱਦ ਕਰ ਦਿੱਤੀ ਗਈ ਹੈ। ਕਾਰਨ ਭਾਰਤ ਸਰਕਾਰ ਨੇ ਦਿੱਤਾ ਹੈ ਪਾਕਿਸਤਾਨ ਦੀਆਂ ਹਰਕਤਾਂ ਨੂੰ, ਪਾਕਿਸਤਾਨ ਦੀਆਂ ਜਿਹੜੀਆਂ ਹੈ ਕੋਝੀਆਂ ਨੀਤੀਆਂ ਨੂੰ। ਪਰ ਲੋਕ ਕੀ ਕਹਿੰਦੇ ਨੇ, ਇਹਨਾਂ ਦਾ ਕੀ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਗੱਲਬਾਤ ਹੋਣੀ ਚਾਹੀਦੀ ਹੈ ਜਾਂ ਨਹੀਂ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਮੇਰਾ ਅਮਰ ਸਿੰਘ। ਅਮਰ ਸਿੰਘ ਜੀ, ਕੀ ਲੱਗਦਾ ਹੈ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਗੱਲਬਾਤ ਹੋਣੀ ਚਾਹੀਦੀ ਹੈ? ਹੋਣੀ ਚਾਹੀਦੀ ਹੈ। ਇਹ ਜਦੋਂ ਮੋਦੀ ਸਾਹਿਬ ਆ ਬਗੈਰ ਸੁਨਾਹ ਤੋਂ ਉੱਥੇ ਪਹੁੰਚ ਕੇ ਅਤੇ ਲੰਗਰ ਪਾਣੀ ਛੱਕ ਕੇ ਆ ਗਏ, ਅਤੇ ਉਦੋਂ ਕਿਹਦੇ ਕੋਲ ਪੁੱਛਿਆ ਸੀ? ਅਤੇ ਹੁਣ ਖੁੱਲ੍ਹਣ ਵਾਸਤੇ ਸਿਰਫ ਆਪਣਾ ਵੋਟਾਂ ਦਾ ਇੱਕ ਬਣਾਇਆ ਜਾਏਗਾ ਸਟੈਂਟ। ਜਦੋਂ ਵੋਟਾਂ ਆਏਗੀ ਉਦੋਂ ਕੋਈ ਸੁਸ਼ਮਾ ਵੀ ਕਰੇਗੀ ਗੱਲ, ਅਤੇ ਰਾਜਨਾਥ ਜੀ ਵੀ ਕਰਨਗੇ, ਗ੍ਰਹਿ ਮੰਤਰੀ ਵੀ ਫਿਰ ਅੱਗੇ ਆ ਜਾਣਗੇ, ਅਤੇ ਤੁਸੀਂ ਪਾਤਰਾ ਛਾਤਰਾ ਤੁਸੀਂ ਰੋਜ਼ ਇੰਟਰਵਿਊਆਂ 'ਤੇ ਵੇਖਦੇ ਹੋ, ਮੰਦਰ ਜੇ ਵੋ ਕੋਈ ਮੁੱਦੇ 'ਤੇ ਗੱਲ ਨਹੀਂ ਕਰਦੇ ਕੋਈ। ਰੋਜ਼ ਤੁਸੀਂ ਵੇਖੋ 5 ਤੋਂ 6 ਵਜੇ ਤੱਕ ਆਪ 3-4 ਬੰਦੇ, ਇੱਕ ਪਾਤਰਾ ਹੋ ਗਿਆ, ਇੱਕ ਦੋ ਹੋਰ ਫਲਾਲੇ, ਬਸ ਉਹ ਕਰਦੇ ਨੇ। ਕੋਈ ਇਹਦੇ 'ਤੇ ਕੋਈ ਮੁੱਦੇ 'ਤੇ ਗੱਲ ਨਹੀਂ। ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜੋ ਵਾਅਦੇ ਕੀਤੇ ਨੇ, ਇੱਕ ਵਾਅਦੇ 'ਤੇ ਵੀ ਆਇਆ ਹੋਵੇ, ਪੈਰ ਧੋ ਕੇ ਪੀਆਂਗਾ ਇਹਦਾ ਮੋਦੀ ਸਾਹਿਬ ਦੇ। ਸੀਗਾ ਕਿ ਦੋਵਾਂ ਦੇਸ਼ਾਂ 'ਚ ਗੱਲਬਾਤ ਹੋਊਗੀ ਅਤੇ ਸ਼ਾਇਦ ਸਿੱਖਾਂ ਨੂੰ ਉਹ ਸੁਭਾਗ ਮਿਲ ਜਾਏ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ। ਪਰ ਕੀ ਲੱਗਦਾ ਕਿ ਇੱਕ ਵਾਰ ਫਿਰ ਤੋਂ ਕਰਤਾਰਪੁਰ ਸਾਹਿਬ ਦਾ ਮੁੱਦਾ ਸਿਆਸੀਕਰਨ ਦੇ ਚੜ੍ਹਨਾ ਚਾਹੁੰਦੇ ਨੇ ਜੀ? ਇਹਦਾ ਕੋਈ ਇਹਨਾਂ ਦਾ ਕੋਈ ਗੱਲ ਹੈਗੇ, RSS ਵਾਲੇ ਹੈਗੇ ਨੇ, ਇਹ ਨਹੀਂ ਚਾਹੁੰਦੇ ਕੋਈ ਸਰਦਾਰਾਂ ਦਾ ਕੋਈ ਮੁੱਦਾ ਹੋ ਜੇ। ਮੋਹਨ ਭਾਗਵਤ ਹੋ ਗਿਆ, ਜੇ ਉਹ ਮੁੱਦਾ ਸਵੇਰੇ, ਜੇ ਉਹ ਮਰਜ਼ੀ, ਕੋਈ ਮੈਂ ਡਰਨ ਵਾਲੀ ਗੱਲ ਨਹੀਂ ਹੈਗੀ। ਖਾਲਸਾ ਹਾਂ ਮੈਂ ਅਤੇ ਅੰਮ੍ਰਿਤ ਛਕਿਆ ਹੋ ਬਾਬੇ ਦਾ, ਅਤੇ ਮੈਨੂੰ ਮਰਨ ਤੋਂ ਕੋਈ ਗੱਲ ਨਹੀਂ ਹੈਗੀ, ਮੈਂ ਨਾ ਡਰਨਾ ਕਿਸੇ ਕੋਲ। ਪਰ ਗੱਲ ਨਹੀਂ ਕਰ ਰਿਹਾ ਮੋਦੀ ਸਾਹਿਬ, ਇੱਕ ਸਟੰਟ ਕਿਸੇ 'ਤੇ ਕਹਿੰਦੇ ਮਰ ਜੇ ਕਿਸੇ ਦੇ ਉੱਤੇ, ਅੱਜ ਤੱਕ ਬੋਲਿਆ। ਕੱਲ੍ਹ ਹਰਿਆਣਾ ਦੇ ਵਿੱਚ ਮੁੰਡਾ ਬੋਲਿਆ, ਉਹਨੇ ਇਹਨੂੰ ਲਾਂਤਾਂ ਪਾਈਆਂ ਨੇ ਕਿ ਮੇਰੇ ਪਿਓ ਦਾ, ਮੇਰੇ ਸਾਡੇ ਰੋਟੀ ਦਾ ਕੀ ਹੋਏਗਾ ਕੱਲ੍ਹ, ਇਹਦੇ ਉੱਤੇ ਬੋਲੋ। ਉਹ ਸਾਰੇ ਇੰਟਰਵਿਊ ਦਿੱਤੇ ਨੇ ਉਹਨੇ, ਮੈਂ ਰੋਜ਼ ਸੁਣਨਾ ਮੈਂ ਇੰਟਰ ਤੁਹਾਡੇ ਦੇ। ਉਹਨੇ ਕਿਹਾ ਕਿ ਮੇਰੇ ਕੱਲ੍ਹ ਦੀ ਰੋਟੀ ਦਾ ਭਵਿੱਖ ਹਨੇਰਾ ਹੋ ਗਿਆ, ਮੇਰੇ ਅੱਗੇ ਕੋਈ ਚਾਨਾ ਕਰੋ, ਕਿਹੜਾ ਬੰਦਾ ਆ ਰਿਹਾ? ਤੁਸੀਂ ਇੱਥੇ ਮੰਦਰ ਮੁੰਦਰ ਲੈ ਕੇ ਬੈਠੇ ਹੋਏ ਹੋ, ਡਾਇਰੈਕਟ ਗੱਲ ਸੀ 5 ਵਜੇ ਤੋਂ ਕੱਲ੍ਹ 6 ਵਜੇ ਤੱਕ ਹਰ ਚੈਨਲ 'ਤੇ, ਅਤੇ ਉਦੋਂ ਤਾਂ ਕੋਈ ਬੋਲਿਆ ਨਹੀਂ ਗਾ, ਪਾਤਰਾਂ ਨੂੰ ਕੋਈ ਗੱਲ ਨਹੀਂ ਆਈ। ਕਹਿੰਦਾ ਉਹ 4-5 ਕਾਗਜ਼ ਲੈ ਕੇ ਆਉਂਦਾ, ਉਹਦੇ ਤੋਂ ਕੱਖ ਨਹੀਂ ਲਿਖਿਆ ਹੁੰਦਾ, ਉਹ ਬਸ 84 ਦੇ ਦੰਗੇ, ਫਲਾਣੇ ਦੰਗੇ, 1900 ਇਹ ਹੋਇਆ ਸੀ, ਉਹ ਹੋਇਆ ਸੀ, ਕੋਈ ਮਤਲਬ ਨਹੀਂ ਹੈਗਾ ਇਹਦਾ, ਇਹਨਾਂ ਨੂੰ ਇੱਕ ਐਵੇਂ ਪਾਗਲ ਜਿਹਾ ਬਣਾਇਆ। ਹਾਂਜੀ, ਕੀ ਨਾਮ ਹੈ ਜੀ? ਦਵਿੰਦਰ ਸਿੰਘ ਮੇਰਾ ਨਾਮ। ਦਵਿੰਦਰ ਸਿੰਘ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਦੋਵਾਂ ਦੇਸ਼ਾਂ ਦੇ ਜਿਸ ਤਰੀਕੇ ਦੇ ਨਾਲ ਸੰਬੰਧ, ਤੁਸੀਂ ਬਹੁਤ ਸਮੇਂ ਤੋਂ ਦੇਖਦੇ ਆ ਰਹੇ ਹੋਵੋਗੇ, ਅੱਜ ਤੁਸੀਂ ਵੀ ਆਪਣੇ ਜੀਵਨ ਦਾ ਇੰਨਾ ਸਮਾਂ ਲੰਘਾ ਦਿੱਤਾ ਹੈ, ਪਾਕਿਸਤਾਨ ਵੀ ਉੱਦਾਂ ਦਾ ਹੈ, ਭਾਰਤ ਨੂੰ ਵੀ ਤੁਸੀਂ ਦੇਖਿਆ, ਤਾਂ ਕੀ ਲੱਗਦਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਣੀ ਚਾਹੀਦੀ ਕਿ ਨਹੀਂ? ਮੈਂ ਸਮਝਦਾ ਹਾਂ ਕਿ ਸਾਡੇ ਦੇਸ਼ ਨੇ ਹਮੇਸ਼ਾ ਹੀ ਕੋਈ ਪੋਜ਼ਿਟਿਵ ਰੁੱਖ ਅਖਤਿਆਰ ਕਰਦਿਆਂ, ਬਹੁਤ ਵਾਰੀ ਜਦੋਂ ਵੀ ਉੱਧਰ ਸਰਕਾਰਾਂ ਬਦਲਦੀਆਂ ਨੇ ਉਹ ਸਾਨੂੰ ਹੰਗਾਮਾ ਜਿਹਾ ਭਰਦੇ ਨੇ, ਅਤੇ ਇੱਧਰੋਂ ਗੱਲਬਾਤ ਅਸੀਂ ਜ਼ਰੂਰ ਕਰਦੇ ਹਾਂ, ਪਰ ਉਹ ਗੱਲ ਦਾ ਮੈਂ ਦੇਖਿਆ ਕਦੀ ਵੀ ਕੋਈ ਰਿਜ਼ਲਟ ਸਿੱਟਾ ਕੋਈ ਨਹੀਂ ਨਿਕਲਿਆ ਚੰਗਾ, ਜਿਹੜਾ ਕੋਈ ਸਾਨੂੰ ਫਰੂਟਫੁੱਲ ਰਿਜ਼ਲਟ ਜਿਹੜਾ ਸਾਡੇ ਸਾਹਮਣੇ ਕਦੀ ਨਹੀਂ ਆਇਆ। ਹਮੇਸ਼ਾ ਮਤਲਬ ਕਿ ਉਹ ਕਹਿੰਦੇ ਕੁਛ ਜਾਂ ਹੁੰਦਾ ਕੁਛ ਹੈ ਕੀ ਹੈ, ਜਾਂ ਸਿਆਸਤ ਦੇ ਰੰਗ ਨੇ ਕੀ ਨੇ, ਜਦੋਂ ਆਉਂਦੇ ਨੇ ਉਹਨਾਂ 'ਚ ਫਿਰ ਜਿਵੇਂ ਕਹਿੰਦੇ ਚਿੱਠੀ ਪਾਤੀ ਹੈ ਇਮਰਾਨ ਸਾਹਿਬ ਨੇ, ਚਲੋ ਬਹੁਤ ਵਧੀਆ ਗੱਲ ਹੈ ਜੇ ਪਾਤੀ ਹੈ, ਬਟ ਜੋ ਅਸੀਂ ਜਿਵੇਂ ਅਸੀਂ ਵਾਰ ਜਦੋਂ ਲੜੀ ਸੀ ਸਾਰਾ ਉਹਨਾਂ ਦਾ ਕਿੰਨਾ ਏਰੀਆ ਸਾਡੇ ਕੋਲ ਆ ਗਿਆ ਸੀ, ਜਾਂ ਜੋ ਵੀ ਸੀਗਾ ਉਹਨਾਂ ਕਸ਼ਮੀਰ ਆਪਣੇ ਕੰਟਰੋਲ 'ਚ ਕਰ ਲਿਆ, ਇਹਨਾਂ ਕੋਲ ਵੀ ਏਰੀਆ, ਇਹਨਾਂ ਜਾ ਕੇ UNO ਦੀ ਮੰਨ ਲਈ, ਉਹਨਾਂ ਨੂੰ ਦੇ ਤਾ ਏਰੀਆ, ਇਹ ਜੇ ਉਦੋਂ ਹੀ ਉਹਨਾਂ ਨੂੰ ਸਿੱਧਾ ਕੀਤਾ ਹੁੰਦਾ ਤਾਂ ਅੱਜ ਦੀ ਨੌਬਤ ਨਾ ਆਉਂਦੀ। ਭਾਰਤ ਕਹਿ ਰਿਹਾ ਕਿ ਪਾਕਿਸਤਾਨ ਨਾਲ ਅਸੀਂ ਇਸ ਕਰਕੇ ਗੱਲ ਨਹੀਂ ਕਰ ਰਹੇ ਕਿਉਂਕਿ ਇਹ ਸਾਡੇ ਸੈਨਿਕਾਂ ਨੂੰ ਮਾਰ ਰਿਹਾ ਹੈ। ਬਿਲਕੁਲ, ਮੈਂ ਸਮਝਦਾ ਕਿ ਗੱਲਬਾਤ ਹੁਣ ਕਿੰਨੀ ਵਾਰੀ ਕਰਾਂਗੇ, ਹਰ ਵਾਰ ਕਰ ਲੈਂਦੇ ਹਾਂ, ਹਰ ਵਾਰ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ, ਬਾਅਦ 'ਚ ਚੜ੍ਹਦੇ ਕੋਈ ਨਹੀਂ ਸਾਡੇ, ਜਿਹੜੇ ਦੇਖੋ ਕਿੰਨੀ ਆਰਮੀ ਹੈ, ਕਿੰਨੇ ਡਿਫੈਂਸ ਫੋਰਸਿਸ ਜਿਹੜੀਆਂ ਵੀ ਹੈਗੀਆਂ, ਚਾਹੇ ਉਹ BSF ਹੈ, CRPF ਹੈ, ਉਹਨਾਂ ਦੇ ਮੁੱਦੇ ਨੇ ਕਈ ਹੈ। ਚਲੋ ਹੁਣ ਜਿਵੇਂ ਭਾਜੀ ਨੇ ਗੱਲ ਕੀਤੀ ਆ ਕਿ ਉਹ ਬੱਚਾ ਦਾ ਕਿਵੇਂ ਉਹਨਾਂ ਨੂੰ, ਕਿਉਂਕਿ ਇਹਨਾਂ ਨੂੰ ਪੈਨਸ਼ਨ ਵੀ ਕੋਈ ਨਹੀਂ, ਇਹਨਾਂ BSF ਵਾਲਿਆਂ ਨੂੰ, CRPF ਵਾਲਿਆਂ ਨੂੰ, ਠੀਕ ਹੈ, ਅਤੇ ਠੀਕ ਹੈ, ਕਿੰਨੀ ਸਾਡੀ ਕੈਜੁਅਲਿਟੀ ਹੁੰਦੀ ਹੈ, ਕੈਜੁਅਲਿਟੀ ਹੁੰਦੀ ਨੇ, ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਕੋਈ ਗੱਲ ਕਰਨ ਦਾ ਕੋਈ ਸਿੱਟਾ ਨਿਕਲਣਾ ਹੀ ਨਹੀਂ, ਬੇਸ਼ੱਕ ਕਰੀ ਜਾਣ ਗੱਲਬਾਤ, ਕਿਸੇ ਲੈਵਲ 'ਤੇ ਕਰੀ ਜਾਣ, ਬਟ ਜਿਹੜਾ ਜੋ ਅਸ
ਰੁਖ ਦੂਜਾ ਅਖਤਿਆਰ ਜਿਹੜਾ ਸਖਤੀ ਵਾਲਾ ਕੀਤਾ ਜਾਏਗਾ ਤਾਂ ਸਾਰੇ ਲਾਂਘੇ ਲੂੰਘੇ ਆਪੇ ਖੁੱਲ ਜਾਣਗੇ। ਮੇਰਾ ਤਾਂ ਸਿੱਧਾ ਕਹਿਣਾ, ਤੁਸੀਂ ਸਮਝ ਗਏ ਹੋਣੇ ਜੋ ਮੈਂ ਕਹਿਣਾ ਚਾਹੁੰਦਾ, ਜਦੋਂ ਰੁਖ ਅਖਤਿਆਰ ਦੂਜਾ ਫੋਰਸਿਸ ਸਾਡੀਆਂ ਕਰਨਗੀਆਂ, ਉਹਨਾਂ ਨੂੰ ਫੁੱਲ ਪਾਵਰ ਦਿੱਤੀ ਜਾਵੇ, ਡਿਫੈਂਸ ਨੂੰ, ਮਿਲਟਰੀ ਨੂੰ, ਜੋ ਹੈ ਉਹ ਆਪੇ ਲਾਂਘੇ ਖੋਲ੍ਹ ਦੇਣਗੇ, ਸਭ ਕੁਝ ਮਿਲ ਜਾਏਗਾ। ਬਿਲਕੁਲ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤਾਂ ਭਾਰਤ ਨੂੰ ਵੀ ਜਿਹੜਾ ਉਹ ਨਰਮਈ ਵਾਲਾ ਰੁੱਖ ਹੈ ਉਹ ਅਖਤਿਆਰ ਕਰਨਾ ਛੱਡ ਦੇਣਾ ਚਾਹੀਦਾ, ਕਿਉਂਕਿ ਪਾਕਿਸਤਾਨ ਦੇ ਨਾਲ ਜਦੋਂ ਤੱਕ ਨਰਮੀ ਵਰਤੀ ਜਾਵੇਗੀ ਇਹ ਆਪਣਾ ਰੁੱਖ ਨਹੀਂ ਬਦਲੇਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਮੈਂ ਸੁਖਦੀਪ ਸਿੰਘ ਜੀ। ਸੁਖਦੀਪ, ਭਾਰਤ ਨੂੰ ਪਾਕਿਸਤਾਨ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜਾਂ ਨਹੀਂ? ਨਹੀਂ ਮੈਮ, ਜ਼ਰੂਰੀ ਹੈ, ਕਿਉਂਕਿ ਮੋਸਟਲੀ ਆਪਾਂ ਦੇਖਦੇ ਹਾਂਗੇ ਵੀ ਜਿੰਨੇ ਲਿੰਕ ਜ਼ਿਆਦਾ ਹੋਣਗੇ ਉਨੀ ਆਪਣੇ ਦੇਸ਼ ਲਈ ਵੀ ਇਨਕਮ ਦੇ ਸੋਰਸ ਵਧਣਗੇ ਜੀ, ਤਾਂ ਗੱਲਬਾਤ ਕਰਨੀ ਤਾਂ ਜ਼ਰੂਰੀ ਹੈਗੀ, ਆਪਣਾ ਜੋ ਵੀ ਮਾਲ ਇੰਪੋਰਟ ਐਕਸਪੋਰਟ ਹੋਊਗਾ ਜੀ। ਭਾਰਤ ਦੇ ਜਿਹੜੇ ਸੈਨਿਕ ਪਾਕਿਸਤਾਨ ਵੱਲੋਂ ਮਾਰੇ ਜਾ ਰਹੇ ਨੇ ਉਹਦਾ ਕੀ? ਮੈਮ ਉਹ ਤਾਂ ਬਹੁਤ ਗਲਤ ਗੱਲ ਹੈ ਜੀ, ਕਿਉਂਕਿ ਉਹਦਾ ਆਪਾਂ ਦੇਖ ਰਹੇ ਹਾਂ ਕਿਉਂਕਿ ਜ਼ਿਆਦਾ ਅੱਤਵਾਦ ਫੈਲ ਰਿਹਾ ਹੈਗਾ, ਇਹ ਤਾਂ ਵੀ ਬਹੁਤ ਮਾੜੀ ਗੱਲ ਹੈਗੀ। ਕੀ ਨਾਮ ਹੈ? ਗੁਰਮੁਖ ਸਿੰਘ ਮੈਮ। ਗੁਰਮੁਖ ਸਿੰਘ, ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੇ ਵਿਚਾਲੇ ਨਿਊਯਾਰਕ 'ਚ ਗੱਲਬਾਤ ਹੋਣੀ ਸੀ ਅਗਲੇ ਹਫ਼ਤੇ, ਪਰ ਕੱਲ੍ਹ ਹੀ ਜਿਹੜੀ ਗੱਲਬਾਤ ਆ ਇਹ ਰੱਦ ਕਰ ਦਿੱਤੀ ਗਈ, ਕਾਰਨ ਕਿ ਪਾਕਿਸਤਾਨ ਨੇ ਸਾਡੇ 3 ਪੁਲਿਸ ਅਫਸਰ ਮਾਰ ਦਿੱਤੇ, ਸਾਡੇ BSF ਦੇ ਜਵਾਨ ਦੇ ਸਰੀਰ ਦੇ ਨਾਲ ਛੇੜਛਾੜ ਕੀਤੀ ਅਤੇ ਅੱਤਵਾਦੀਆਂ ਦੇ ਨਾਮ ਡਾਕ ਟਿਕਟਾਂ ਜਾਰੀ ਕੀਤੀਆਂ। ਸੋ ਇਹ ਸਭ ਨੂੰ ਦੇਖਦੇ ਹੋਏ ਭਾਰਤ ਨੇ ਇਹ ਮੁਲਾਕਾਤ ਰੱਦ ਕਰ ਦਿੱਤੀ ਹੈ, ਕੀ ਲੱਗਦਾ ਹੈ ਭਾਰਤ ਨੇ ਸਹੀ ਕੀਤਾ ਜਾਂ ਗਲਤ? ਮੈਮ ਕੁਛ ਹੱਦ ਤੱਕ ਸਹੀ ਵੀ ਹੈ, ਕੁਛ ਹੱਦ ਤੱਕ ਗਲਤ ਵੀ ਹੈ। ਮੈਮ ਸਹੀ ਤਾਂ ਇਸ ਲਈ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਇਨਕਾਊਂਟਰ ਕਰਦੇ ਹੋ ਜਾਂ ਅੱਤਵਾਦੀ ਕੋਈ ਹਮਲਾ ਹੁੰਦਾ ਜਿਹਦੇ 'ਚ ਆਪਣੇ ਦਿਨ ਤੋਂ ਦਿਨ ਨੌਜਵਾਨ ਆਪਣੇ ਮਰ ਰਹੇ ਆ, ਉਹਦਾ ਬਦਲਾ ਲੈਣਾ ਵੀ ਕੁਛ ਭਾਵਨਾ ਇੱਦਾਂ ਦੀ ਹੁੰਦੀ ਹੈ ਵੀ ਅਸੀਂ ਇਹਨਾਂ ਨੇ ਸਾਡੇ ਮਾਰਤੇ ਉਸ ਤਰ੍ਹਾਂ। ਅਤੇ ਬਾਕੀ ਜੇ ਅਗਰ ਉਹਨਾਂ ਨਾਲ ਆਪਣੀ ਮੀਟਿੰਗ ਹੁੰਦੀ ਵੀ ਸਹਿਮਤੀ ਹੁੰਦੀ ਤਾਂ ਉਹਦਾ ਆਪਾਂ ਨੂੰ ਕੁਛ ਹੱਦ ਤੱਕ ਫਾਇਦਾ ਵੀ ਸੀ, ਇੱਕ ਤਾਂ ਅੱਤਵਾਦ 'ਤੇ ਕੰਟਰੋਲ ਹੁੰਦਾ ਸੀ, ਦੂਸਰਾ ਬਿਜ਼ਨਸ ਜਿਵੇਂ ਦੋਨਾਂ ਦੇਸ਼ਾਂ ਦੇ ਲਿੰਕ ਚੰਗੇ ਹੁੰਦੇ ਉਸ ਤਰ੍ਹਾਂ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਵਧੀਆ ਰਹਿੰਦਾ ਅਤੇ ਵਪਾਰੀਆਂ ਨੂੰ ਫਾਇਦਾ ਹੋਣਾ ਸੀਗਾ ਜੀ, ਬਾਕੀ ਕੁਛ ਹੱਦ ਤੱਕ ਠੀਕ ਵੀ ਹੈ। ਬਹੁਤ ਸ਼ੁਕਰੀਆ। ਸੋ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਨੌਜਵਾਨਾਂ ਦਾ, ਪੰਜਾਬ ਦੇ ਬਜ਼ੁਰਗਾਂ ਦਾ ਕੀ ਕਹਿਣਾ ਤੁਸੀਂ ਸੁਣ ਲਿਆ ਹੈ? ਕਹਿ ਰਹੇ ਨੇ ਕਿ ਪਾਕਿਸਤਾਨ ਦੇ ਨਾਲ ਜਿਹੜੀ ਆ ਉਹ ਗੱਲਬਾਤ ਵੀ ਕੀਤੀ ਜਾਣੀ ਜ਼ਰੂਰੀ ਹੈ, ਪਰ ਪਾਕਿਸਤਾਨ ਦੀਆਂ ਜਿਹੜੀਆਂ ਹਰਕਤਾਂ ਨੇ ਪਾਕਿਸਤਾਨ ਜਿਹਨਾਂ ਤੋਂ ਬਾਜ ਨਹੀਂ ਆ ਰਿਹਾ ਉਹ ਵੀ ਪਾਕਿਸਤਾਨ ਨੂੰ ਜਿਹੜਾ ਉਹ ਰੋਕਣੀਆਂ ਚਾਹੀਦੀਆਂ ਨੇ। ਅੱਜ ਪੰਜਾਬ ਦੇ ਲੋਕਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੀ, ਜਿਹਨਾਂ ਦੇ ਵਿੱਚ ਸ਼ੁਰੂ ਤੋਂ ਹੀ ਜਿਹੜਾ ਉਤਾਰ ਚੜਾਅ ਬਹੁਤ ਦੇਖਣ ਨੂੰ ਮਿਲਿਆ, ਪਰ ਹੁਣ ਲੱਗ ਰਿਹਾ ਸੀਗਾ ਕਿ ਸ਼ਾਇਦ ਨਿਊਯਾਰਕ ਦੇ ਵਿੱਚ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਗੱਲਬਾਤ ਹੋਵੇਗੀ ਤਾਂ ਕੋਈ ਸਿੱਟਾ ਨਿਕਲੇਗਾ, ਸ਼ਾਇਦ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜੇ ਇੰਨੇ ਸਾਲਾਂ ਤੋਂ ਨਹੀਂ ਖੁੱਲ੍ਹਿਆ ਪਰ ਸ਼ਾਇਦ ਖੁੱਲ੍ਹੇਗਾ, ਪਰ ਇਸ ਸਭ ਦੇ ਵਿਚਾਲੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ, ਜਿਸ ਨੂੰ ਦੇਖਦਿਆਂ ਹੋਇਆਂ ਭਾਰਤ ਨੇ ਮੁਲਾਕਾਤ ਰੱਦ ਕਰ ਦਿੱਤੀ ਹੈ। ਲੋਕ ਕੀ ਸੋਚਦੇ ਨੇ ਕਿ ਮੁਲਾਕਾਤ ਹੋਣੀ ਚਾਹੀਦੀ ਹੈ ਜਾਂ ਨਹੀਂ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਬਲਜੀਤ ਸਿੰਘ ਗਿੱਲ ਜੀ। ਬਲਜੀਤ ਸਿੰਘ ਜੀ, ਤੁਹਾਨੂੰ ਕਿੰਨੇ ਸਾਲ ਹੋ ਗਏ ਤੁਸੀਂ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਬਾਰੇ ਸੁਣ ਵੀ ਰਹੇ ਹੋਵੋਗੇ, ਪਾਕਿਸਤਾਨ ਵੱਲੋਂ ਵੀ ਜੋ ਹੋਇਆ ਕੁਛ ਦੇਖਿਆ, ਭਾਰਤ ਵੱਲੋਂ ਵੀ ਜੋ ਹੋਇਆ, ਬਹੁਤ ਸਾਰੇ ਯੁੱਧ ਵੀ ਤੁਸੀਂ ਉਹਨਾਂ ਬਾਰੇ ਸੁਣਿਆ ਹੋਵੇਗਾ, ਦੇਖਿਆ ਹੋਵੇਗਾ, ਕੀ ਸਮਝਦੇ ਹੋ ਭਾਰਤ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜਾਂ ਨਹੀਂ? ਮੈਂ ਤਾਂ ਸਮਝ ਜੋ ਪਿੱਛੇ ਇਤਿਹਾਸ ਵਿੱਚ ਸਾਡੇ ਨਾਲ ਵਾਪਰਿਆ ਉਹਦੇ ਹਿਸਾਬ ਨਾਲ ਸਾਨੂੰ ਪਾਕਿਸਤਾਨ ਨਾਲ ਕੋਈ ਗੱਲ ਨਹੀਂ ਕਰਨੀ ਚਾਹੀਦੀ ਹੋਈ, ਕਿਉਂਕਿ ਅਸੀਂ ਜਿੰਨੀ ਵਾਰ ਵੀ ਸਕਾਰਾਤਮਕ ਰੁੱਖ ਲੈ ਕੇ ਗਏ ਉਹਨਾਂ ਦੇ ਕੋਲ, ਉਹਨਾਂ ਨੇ ਸਾਡਾ ਅਪਮਾਨ ਹੀ ਕੀਤਾ ਅਤੇ ਸਾਡੇ ਨਾਲ ਧੋਖਾ ਹੀ ਕੀਤਾ। ਜੇ ਪਿੱਛੇ ਵੇਖ ਲਈਏ ਵਾਜਪਾਈ ਸਾਹਿਬ ਲੈ ਕੇ ਗਏ ਬੱਸ ਦੇ ਵਿੱਚ ਖੁਦ ਬੈਠ ਕੇ ਉਹਨਾਂ ਦੇ ਕੋਲ ਗਏ, ਚੰਗਾ ਸੰਦੇਸ਼ ਲੈ ਕੇ ਪਿਆਰ ਦਾ ਸ਼ਾਂਤੀ ਦਾ ਲੈ ਕੇ ਗਏ, ਪਰ ਸਾਡੇ ਨਾਲ ਧੋਖਾ ਹੀ ਮਿਲਿਆ, ਸਾਨੂੰ ਉਹਦੇ ਵੰਡੇ ਕਾਰਗਿਲ ਯੁੱਧ ਮਿਲਿਆ ਜੀ ਅਤੇ ਸਾਡੇ ਹਜ਼ਾਰਾਂ ਸੈਨਿਕ ਸ਼ਹੀਦ ਹੋ ਗਏ। ਅਤੇ ਅਸੀਂ ਜਿੰਨੀ ਵਾਰ ਵੀ ਕੋਸ਼ਿਸ਼ ਕੀਤੀ ਆ, ਉੱਥੋਂ ਦੇ ਲੀਡਰ ਚਾਹੁੰਦੇ ਹੋਏ ਵੀ ਨਹੀਂ ਕਰ ਸਕਦੇ, ਕਿਉਂਕਿ ਸਾਰੇ ਉਹਨਾਂ ਦੀ ਆਰਮੀ ਦੇ ਅੰਡਰ ਨੇ, ਆਰਮੀ ਦਾ ਰਾਜ ਆ, ਆਰਮੀ ਆਪਣੇ ਤਰੀਕੇ ਨਾਲ ਚਲਾ ਰਹੀ ਆ, ਅਤੇ ਸਾਨੂੰ ਉੱਥੋਂ ਕੋਈ ਆਸ ਨਹੀਂ ਗੀ ਕਿ ਸਾਡੇ ਨਾਲ ਕੋਈ ਸਹੀ ਵਤੀਰਾ ਕਰਨਗੇ ਜਾਂ ਸਾਡੇ ਨਾਲ ਸਾਡੇ ਬਾਰੇ ਚੰਗਾ ਸੋਚਣਗੇ। ਪਾਕਿਸਤਾਨ ਦੇ ਨਾਲ ਗੱਲਬਾਤ ਨਹੀਂ ਹੋਵੇਗੀ ਤਾਂ ਕੀ ਲੱਗਦਾ ਕਿ ਇੰਨੇ ਸਮੇਂ ਤੋਂ ਜਿਹੜਾ ਕਰਤਾਰਪੁਰ ਲਾਂਘੇ ਦਾ ਮੁੱਦਾ ਲਟਕਦਾ ਰਿਹਾ ਉਹ ਕਿਵੇਂ ਹੱਲ ਹੋਵੇਗਾ? ਕਿ ਸਾਰੀ ਜ਼ਿੰਦਗੀ ਸਿੱਖ ਅਤੇ ਭਾਰਤ ਵਾਸੀ ਉਸ ਜਗ੍ਹਾ ਨੂੰ ਦੂਰਬੀਨ ਰਾਹੀਂ ਦੇਖਦੇ ਰਹਿਣਗੇ? ਇਹ ਜੀ, ਉਹ ਜਿਹੜਾ ਜੋ ਵੀ ਕਰਤਾਰਪੁਰ ਲਾਂਘੇ ਨੂੰ ਜਿੰਨੀ ਵਾਰ ਵੀ ਵਰਤਾ ਗਿਆ ਸਿਆਸੀ ਸਟੰਟਾਂ ਵਾਸਤੇ ਵਰਤਿਆ ਗਿਆ ਅਤੇ ਲੀਡਰਾਂ ਨੇ ਯੂਜ਼ ਕੀਤਾ ਆਪੋ ਆਪਣਾ ਟੌਰ ਬਣਾਉਣ ਵਾਸਤੇ, ਬਾਕੀ ਮੈਂ ਨਹੀਂ ਸਮਝਦਾ ਕਿ ਕਿਉਂਕਿ ਸਿੱਖਾਂ ਦੇ ਕੋਲ ਕੋਈ ਗੱਲ ਨਹੀਂ, ਜੇ ਅਸੀਂ ਅਰਦਾਸ ਕਰਦੇ ਹਾਂ ਕੋਈ ਸਮਾਂ ਆਏਗਾ ਅਤੇ ਫਿਰ ਆਪੇ ਵਾਹਿਗੁਰੂ ਜੀ ਦੀ ਵਿੱਧ ਬਣਾਏਗਾ। ਵੈਸੇ ਉਹਨਾਂ ਲੀਡਰਾਂ ਤੋਂ ਮੈਂ ਆਸ ਨਹੀਂ ਰੱਖਦਾ ਕੋਈ ਕਿ ਸਾਨੂੰ ਇਸ ਬਾਰੇ ਕਰਨ, ਹਾਂ ਸਾਨੂੰ ਪਾੜਨ ਵਾਸਤੇ, ਸਿੱਖਾਂ ਨੂੰ ਪਾੜਨ ਵਾਸਤੇ ਜਾਂ ਭਾਰਤ ਵਾਸੀਆਂ ਨੂੰ ਦੋ ਫਾੜ ਕਰਨ ਵਾਸਤੇ ਉਹ ਸਿਰਫ ਉਹਦੀਆਂ ਚਾਲਾਂ ਚੱਲ ਰਹੇ ਨੇ ਕਿ ਅਸੀਂ ਲਾਂਘਾ ਖੋਲ੍ਹ ਦਿਆਂਗੇ, ਪਰ ਨਹੀਂ ਇਹੋ ਜਿਹਾ ਕੁਛ ਨਹੀਂ ਹੋਣਾ, ਇਹ ਬਿਲਕੁਲ ਗਲਤ ਹੋ ਰਿਹਾ ਜੋ ਵੀ ਹੋ ਰਿਹਾ, ਨਹੀਂ ਹੋਣਾ ਚਾਹੀਦਾ। ਸਹੀ ਗੱਲ ਕੀਤੀ ਕਿ ਜਿੰਨੀ ਵਾਰ ਵੀ ਅੱਜ ਤੱਕ ਲਾਂਘੇ ਦਾ ਮੁੱਦਾ ਉੱਠਿਆ ਹੈ ਉਹ ਸਿਰਫ ਸਿਆਸੀਕਰਨ ਵਾਸਤੇ ਉੱਠਿਆ ਹੈ, ਚਾਹੇ ਕੋਈ ਵੀ ਸਰਕਾਰ ਹੋਵੇ, ਕਾਂਗਰਸ ਹੋਵੇ, BJP ਹੋਵੇ, ਹਰ ਪਾਰਟੀ ਜਿਹੜੀ ਹੈ ਉਹ ਆਪਣੇ ਸਿਆਸੀ
पाकिस्तान के कई प्राइम मिनिस्टर्स ने जी एफर्ट किए पर मजबूर कह लो जां कुछ हालात कह लो कोई भी गल कभी निपरे नहीं चढ़ी। जिहड़ा हुण नवे प्राइम मिनिस्टर वालों इनिशिएटिव लिया गया मैं सोचदा कि जरूर एक बारी इन्हां नूं मीटिंग करनी चाहिए है घट्टो घट होर नहीं कुछ तो इन्हों का चेहरा तो नंगा होगा ना कि ये की ड्रामेबाजी कर रहे हैं। तो जे ये सिंसीयर हो फिर बड़ी वधिया गल है कि एक जरा लंघा वा जिदे नाल जिदे बाबत साडी सिख संगत रोज़ हज़ारां लखां अरदासां होंदियां हैं शायद रब मेहर करे निपरे चढ़ पाकिस्तान वालों साढ़े पिछे जिन्हें आप परसों की गल करिए कल की गल करिए साडे पुलिस अफसर समेत साढ़े सैनिकों को मारिया गया ना सिर्फ मारिया गया बल्कि उन्होंने शरीर के नाल छेड़छाड़ की गई कि लगता कि पाकिस्तान अपनी हरकतों तो बाज आएगा या नहीं। मैडम गलबात जी जी इनिशिएटिव लिया गया वो मैं तो ही सोचता यह होनी चाहिए कि जे ये गल किसी निपरे चढ़ती है तो ये जो कतलेआम खत्म होना चाहिए जोड़े रोज़ जो साडे सैनिक मर रहे हैं उन्होंने जी बेरहमी हत्या हो रही है इट मस्ट बी स्टॉप जिस तरह भी है खत्म होना चाहिए। बिल्कुल जी हर कोई भारती चाहे कोई सिख है या हिंदू है भाषा भी चाहे कोई है पर जबान दे विचों सिर्फ एक चीज़ निकल रही है कि पाकिस्तान जड़ा है वो अपनी नापाक हरकतों तो बाज आए तो पाकिस्तान के नाल जी गलबात है वो कुछ लोग हामी भर रहे हैं तो कुछ लोग साफ तौर पर नकार रहे हैं कि पाकिस्तान के नाल जी गलबात है वो बिल्कुल नहीं होनी चाहिए क्योंकि पाकिस्तान ने जो अज तक किया है वो अपना अगे भी उस तरह जारी रख। होर भी लोगों के नाल गलबात करते हैं कि आखिरकार वो की सोचते हैं कि पाकिस्तान के नाल भारत की जी गलबात है होनी चाहिए या नहीं। सत श्रीकाल जी। पॉलिटिकल बड़े मतलब पॉलिटिकल नहीं चीज है फौजी फौजी अफसर ठीक है ना जो फौज नहीं चंगा लगे कर देना चीज है ठीक है ना एक बार कर दें लाहौर तक सारे ਫਿਰ ਪਤਾ ਲੱਗੂਗਾ ਪਾਕਿਸਤਾਨ ਨੂੰ ਫੌਜ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਫੌਜ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਫੌਜ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਵੇਗਾ ਇਹ ਵਾਕਿਆ ਚਾਹੀਦਾ ਪਾਕਿਸਤਾਨ ਦੀ ਕੋਈ ਚਾਲ ਹੈ ਦੇਖੋ ਚਾਲ ਵੀ ਹੋ ਸਕਦੀ ਹੈਗੀ ਹੈ ਪਾਕਿਸਤਾਨ ਦੀ ਚਾਲ ਵੀ ਹੋ ਸਕਦੀ ਹੈਗੀ ਹੈ ਠੀਕ ਹੈ ਨਾ ਰੋਜ਼ ਤਾਂ ਐਲਓਸੀ ਦੇ ਬੰਦੇ ਸਾਡੇ ਮਾਰ ਰਹੇ ਹੈਗਾ ਠੀਕ ਹੈ ਨਾ ਡੇਲੀ ਤਾਂ ਬੁਰੀ ਹਾਲਤ ਸਾਡੇ ਬੰਦਿਆਂ ਦੀ ਹੈਗੀ ਹੈ ਠੀਕ ਹੈ ਨਾ ਹੁਣ ਦਾ ਅੰਦਰ ਸਾਡੇ ਉੱਥੇ ਸਾਨੂੰ ਲਾਂਘੇ ਬੁਲਾ ਕੇ ਉੱਥੇ ਹੋਰ ਕੁਛ ਪੈਕਾ ਸਾਡੇ ਕਰ ਦਿਆਗਾ ਠੀਕ ਹੈ ਨਾ ਤੁਸੀਂ ਸਮਝਦੇ ਹੋ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਨਹੀਂ ਹੋਣੀ ਨਹੀਂ ਹੋਣੀ ਚਾਹੀਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਜਦ ਤੱਕ ਕੋਈ ਮਤਲਬ ਸਹਿਮ ਨਾ ਟੈਰਰਿਸ ਖਤਮ ਨਹੀਂ ਹੁੰਦਾ ਨਾ ਆਤੰਕਵਾਦ ਉਸ ਤੋਂ ਪਹਿਲੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਇਹ ਪੰਜਾਬ ਦੇ ਲੋਕ ਨੇ ਜਿਹੜੇ ਗੱਲਬਾਤ ਕਰ ਰਹੇ ਨੇ ਕਿ ਪਾਕਿਸਤਾਨ ਦੇ ਜਿਸ ਤਰ੍ਹਾਂ ਦੇ ਹਾਲਾਤ ਨੇ ਪਾਕਿਸਤਾਨ ਦੀਆਂ ਜੋ ਹਰਕਤਾਂ ਨੇ ਪਿਛਲੇ ਸਮੇਂ ਦੇ ਵਿੱਚ ਰਹੀਆਂ ਨੇ ਉਹ ਸਭ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਨੂੰ ਪਾਕਿਸਤਾਨ ਦੇ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ ਕਿਉਂਕਿ ਭਾਰਤ ਜਿਹੜਾ ਹੈ ਉਹ ਪਾਕਿਸਤਾਨ 'ਤੇ ਯਕੀਨ ਕਰਨ ਦਾ ਇੱਕ ਹੋਰ ਰਿਸਕ ਨਹੀਂ ਲੈ ਸਕਦਾ ਕਿਉਂਕਿ ਜਦੋਂ ਪਿਛਲੀ ਵਾਰ ਭਾਰਤ ਨੇ ਪਾਕਿਸਤਾਨ ਦੇ ਉੱਪਰ ਯਕੀਨ ਕੀਤਾ ਸੀ ਤਾਂ ਉਹਦੇ ਬਦਲੇ 'ਚ ਸਾਨੂੰ ਕਾਰਗਿਲ ਮਿਲਿਆ ਸੀ ਜਿਹਦੇ ਜ਼ਖਮ ਜਿਹੜੇ ਅੱਜ ਵੀ ਅੱਲੇ ਨੇ ਇਸ ਕਰਕੇ ਬਿਨਾਂ ਜਦ ਤੱਕ ਪਾਕਿਸਤਾਨ ਆਪਣੇ ਆਧਾਰ 'ਤੇ ਕੁਝ ਅਧਿਕਾਰਿਕ ਤੌਰ 'ਤੇ ਐਲਾਨ ਨਹੀਂ ਕਰਦਾ ਜਾਂ ਆਪਣੇ ਵੱਲੋਂ ਕੁਝ ਅਜਿਹਾ ਨਹੀਂ ਕਰਦਾ ਜਿਹਦੇ ਨਾਲ ਪਤਾ ਲੱਗ ਸਕੇ ਕਿ ਵਾਕਿਆ ਦੇ ਵਿੱਚ ਜਿਹੜਾ ਪਾਕਿਸਤਾਨ ਹੈ ਉਹ ਗੱਲਬਾਤ ਕਰਨਾ ਚਾਹੁੰਦਾ ਹੈ ਸ਼ਾਂਤੀ ਬਣਾਉਣਾ ਚਾਹੁੰਦਾ ਹੈ ਉਦੋਂ ਤੱਕ ਭਾਰਤ ਨੂੰ ਪਾਕਿਸਤਾਨ 'ਤੇ ਯਕੀਨ ਨਹੀਂ ਕਰਨਾ ਚਾਹੀਦਾ ਗੱਲਬਾਤ ਚੱਲ ਰਹੀ ਹੈ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੀ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜ਼ਮੀਨੀ ਹਕੀਕਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕ ਕੀ ਚਾਹੁੰਦੇ ਨੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਜਿਹੜਾ ਹੈ ਉਹ ਪੁਆਇੰਟ ਆਫ ਵਿਊ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਕਿ ਆਖਿਰਕਾਰ ਇਹ ਕੀ ਸੋਚਦੇ ਨੇ ਕੀ ਨਾਮ ਹੈ ਜੀ ਮੇਰਾ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਕੀ ਲੱਗਦਾ ਹੈ ਕਿ ਭਾਰਤ ਨੂੰ ਪਾਕਿਸਤਾਨ ਦੇ ਨਾਲ ਦੋਸਤੀ ਦਾ ਹੱਥ ਵਧਾਉਣਾ ਚਾਹੀਦਾ ਜਾਂ ਨਹੀਂ ਆਫ ਕੋਰਸ ਵਧਾਉਣਾ ਚਾਹੀਦਾ ਕਿਉਂਕਿ ਹੁਣ ਉਹਨਾਂ ਨੇ ਪਹਿਲਾਂ ਹੱਥ ਮਤਲਬ ਅੱਗੇ ਵਧਾਇਆ ਹੈਗਾ ਤਾਂ ਆਪਣਾ ਉਹਨੂੰ ਵੀ ਆਪਣਾ ਇੱਕ ਹੱਥ ਅੱਗੇ ਕੱਢਣਾ ਚਾਹੀਦਾ ਹੈਗਾ ਕਿਉਂਕਿ ਇਹਦਾ ਕੋਈ ਨੁਕਸਾਨ ਨਹੀਂ ਹੈ ਕਿਸੇ ਨੂੰ ਵੀ ਕਿਉਂਕਿ ਜਿਹੜਾ ਕੁਛ ਵੀ ਬਣਨਾ ਹੈ ਸਾਰਾ ਪੂਰੀ ਸਿਕਿਉਰਿਟੀ ਨਾਲ ਬਣਨਾ ਹੈਗਾ ਸਾਰੀ ਜਿਹੜਾ ਇਨਕਮਿੰਗ ਆਊਟਗੋਇੰਗ ਸਾਰਾ ਕੁਛ ਪਤਾ ਲੱਗੂਗਾ ਤਾਂ ਉਹਦਾ ਆਪਾਂ ਨੂੰ ਕੋਈ ਨੁਕਸਾਨ ਨਹੀਂ ਕਿਤੇ ਕੋਈ ਖਤਰਾ ਵੀ ਨਹੀਂ ਹੈਗਾ ਪਾਕਿਸਤਾਨ ਦੇ ਨਾਲ ਨਿਊਯਾਰਕ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਦੀ ਗੱਲਬਾਤ ਹੋਣੀ ਸੀ ਉਹ ਸਿਰਫ ਇਸ ਕਰਕੇ ਰੱਦ ਕਰ ਦਿੱਤੀ ਭਾਰਤ ਨੇ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਆਪਣੇ ਸੈਨਿਕਾਂ ਨੂੰ ਜਿਹੜਾ ਹੈ ਉਹ ਮਾਰਨਾ ਉਹਦਾ ਜਾਰੀ ਹੈ ਉਹ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਹੈਗੀ ਜਿਹੜਾ ਕਿਉਂਕਿ ਅੱਤਵਾਦ ਹੈ ਜਿਹੜਾ ਉਹ ਸਾਰੇ ਦੇਸ਼ਾਂ ਲਈ ਵੀ ਬਰਾਬਰ ਹੈ ਕਿਉਂਕਿ ਸਾਰੇ ਦੇਸ਼ਾਂ ਨੂੰ ਉਹਦਾ ਨੁਕਸਾਨ ਹੋ ਰਿਹਾ ਉਹਨਾਂ ਦੇ ਜੇ ਕੰਟਰੋਲ 'ਚ ਨਹੀਂ ਸਿਚੁਏਸ਼ਨ ਹੈਗੀ ਤਾਂ ਕਿਉਂਕਿ ਬਾਰਡਰ 'ਤੇ ਜਿਹੜੀ ਹੁਣ ਆਪਣੀ ਲੜਾਈ ਹੈਗੀ ਜ਼ਮੀਨ ਦੀ ਲੜਾਈ ਹੈ ਕਸ਼ਮੀਰ ਦੀ ਉਹ ਗੱਲਾਂ ਅੱਡ ਹੈ ਉਹ ਕੇਸ ਨੂੰ ਅੱਡ ਰੱਖ ਕੇ ਸੁਣਨਾ ਚਾਹੀਦਾ ਇਹਦੇ 'ਚ ਮੰਨਦੇ ਹੋ ਕਿ ਜੇਕਰ ਗੱਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਆਉਂਦੀ ਹੈ ਤਾਂ ਸਿਆਸਤ ਤੋਂ ਪਰੇ ਹੋ ਕੇ ਸੋਚਣਾ ਚਾਹੀਦਾ ਹਾਂਜੀ ਜ਼ਰੂਰ ਸਿਆਸਤ ਤੋਂ ਪਰੇ ਹੋ ਕੇ ਕਿਉਂਕਿ ਹੁਣ ਜਿਵੇਂ ਸਿੱਖਾਂ ਦਾ ਹੈਗਾ ਤਾਂ ਉਹਨਾਂ ਦੇ ਉੱਥੇ ਗੁਰਦੁਆਰਾ ਸਾਹਿਬ ਨੇ ਤਾਂ ਉਹਨਾਂ ਨੂੰ ਜੇ ਹੁਣ ਮੌਕਾ ਮਿਲ ਰਿਹਾ ਉੱਥੇ ਜਾ ਕੇ ਮੱਥਾ ਟੇਕਣ ਦਾ
ਉੱਥੇ ਆਸ਼ੀਰਵਾਦ ਲੈਣ ਦਾ ਤਾਂ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ। ਕੀ ਨਾਮ ਹੈ? ਵਰਿੰਦਰ ਸਿੰਘ। ਵਰਿੰਦਰ, ਤੁਹਾਨੂੰ ਕੀ ਲੱਗਦਾ ਕਿ ਭਾਰਤ ਪਾਕਿਸਤਾਨ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ? ਹਾਂਜੀ ਬਿਲਕੁਲ, ਗੱਲਬਾਤ ਹੋਣੀ ਚਾਹੀਦੀ ਹੈ। ਬਹੁਤ ਵਧੀਆ ਡਿਸੀਜ਼ਨ ਹੈ ਜੇ ਅਗਰ ਗੱਲਬਾਤ ਕਰਦੇ ਨੇ। ਇਹਨਾਂ ਨੂੰ ਆਪਦਾ ਲੈਂਡ ਐਕਸਚੇਂਜ ਕਰ ਲੈਣਾ ਚਾਹੀਦਾ ਉਹਨਾਂ ਨਾਲ। ਜੇ ਉਹ ਲੈਂਡ ਐਕਸਚੇਂਜ ਕਰ ਲੈਂਦੇ ਨੇ ਨਾ ਤਾਂ ਉਹਨਾਂ ਦਾ ਕੋਈ ਘਾਟਾ ਵਾਧਾ ਹੋਣਾ, ਆਪਾਂ ਨੂੰ ਕੋਈ ਘਾਟਾ ਵਾਧਾ ਪੈਣਾ। ਜਸਟ ਆਪਾਂ ਨੂੰ ਜਿਹੜੀ ਕਰੀਜ਼ ਹੈ, ਇੱਕ ਟੇਢੀ ਵਿੰਗੀ ਜਾ ਰਹੀ ਹੈ, ਉਹ ਆਪਣੀ ਸਿੱਧੀ ਹੋ ਜਾਏਗੀ। ਮੋਰਓਵਰ ਜੇ ਉਹ ਲੈਂਡ ਆਕੂਪਾਈ ਕਰ ਵੀ ਲੈਂਦੇ ਨੇ ਤਾਂ ਆਪਾਂ ਨੂੰ ਕੀਰਤਪੁਰ ਸਾਹਿਬ ਦਾ ਬਹੁਤ ਜ਼ਿਆਦਾ ਫਾਇਦਾ ਹੋ ਜੂ, ਕਿਉਂਕਿ ਬਹੁਤ ਜ਼ਿਆਦਾ ਸਿੱਖ ਸੰਗਤ ਆਪਣੇ ਪੰਜਾਬ ਦੇ ਵਿੱਚ ਵੱਸਦੀ ਹੈ। ਠੀਕ ਹੈ ਜੀ, ਜੇ ਆਪਾਂ ਉਹਨਾਂ ਨੂੰ ਲਾਂਘਾ ਦੇਣਾ, ਆਪਾਂ ਉਹਨਾਂ ਨੂੰ ਲਾਂਘਾ ਦੇ ਸਕਦੇ ਹਾਂ, ਪਰ ਜ਼ਿਆਦਾਤਰ ਜਿਹੜੇ ਸਿੱਖ ਸੰਗਤ ਹੈ ਉਹ ਪੰਜਾਬ ਦੇ ਵਿੱਚ ਵੱਸਦੀ ਹੈ। ਸਭ ਤੋਂ ਜ਼ਿਆਦਾ ਫਾਇਦਾ ਆਪਾਂ ਨੂੰ ਪੰਜਾਬ ਨੂੰ ਹੋਣਾ ਇਸ ਚੀਜ਼ ਦਾ। ਕੀ ਨਾਮ ਹੈ? ਗੁਰਪ੍ਰੀਤ। ਤੁਹਾਨੂੰ ਕੀ ਲੱਗਦਾ ਕਿ ਭਾਰਤ ਪਾਕਿਸਤਾਨ ਦੇ ਵਿੱਚ ਜੇਕਰ ਗੱਲਬਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਪਾਕਿਸਤਾਨ ਆਪਣੀਆਂ ਕੁਝੀਆਂ ਹਰਕਤਾਂ ਤੋਂ ਬਾਜ਼ ਆਵੇਗਾ? ਨਹੀਂ, ਇਹ ਤਾਂ ਨਹੀਂ ਲੱਗਦਾ ਮੈਨੂੰ ਕਿ ਉਹ ਬਾਜ਼ ਆਵੇਗਾ ਆਪਣੀਆਂ ਹਰਕਤਾਂ ਤੋਂ। ਇਸ ਕਰਕੇ ਭਾਰਤ ਨੂੰ ਪਾਕਿਸਤਾਨ ਨਾਲ ਪਹਿਲਾਂ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ, ਫਿਰ ਇੱਕ ਤਰੀਕੇ ਨਾਲ ਡਿਪਲੋਮੈਟਿਕਲੀ ਉਹਨਾਂ ਦੇ ਉੱਪਰ ਪ੍ਰੈਸ਼ਰ ਪਾਉਣਾ ਚਾਹੀਦਾ ਤਾਂ ਕਿ ਉਹ ਭਾਰਤ ਦੇ ਹੱਥ ਵਿੱਚ ਪਾਕਿਸਤਾਨ ਦਾ ਕੰਟਰੋਲ ਹੋਵੇ। ਕਿਉਂਕਿ ਅਸੀਂ ਦੇਖਦੇ ਹਾਂ ਜਿਵੇਂ ਹੁਣ ਸੀਪੈਕ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਬਣ ਰਿਹਾ, ਉਹਦੇ ਕਰਕੇ ਪਾਕਿਸਤਾਨ ਦਾ ਸਾਰਾ ਕੰਟਰੋਲ ਜਿਹੜਾ ਹੈਗਾ ਚਾਈਨਾ ਦੇ ਹੱਥ 'ਚ ਜਾ ਰਿਹਾ, ਐਂਡ ਇਹ ਟੋਟਲੀ ਲੋਸ ਵਾਲੀ ਸਿਚੁਏਸ਼ਨ ਹੈਗੀ ਹੈ ਇੰਡੀਆ ਲਈ। ਕੱਲ੍ਹ ਭਾਰਤ ਦੇ ਵੱਲੋਂ ਜਿਹੜਾ ਬਿਆਨ ਜਾਰੀ ਹੋਇਆ, ਭਾਰਤ ਨੇ ਮੁਲਾਕਾਤ ਰੱਦ ਕਰ ਦਿੱਤੀ ਹੈ। ਇਹ ਅਗਲੇ ਹਫ਼ਤੇ ਹੋਣੀ ਸੀ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਵਿੱਚ, ਪਰ ਕਿਉਂਕਿ ਭਾਰਤ ਦੇ ਜਿਹੜੇ ਆ ਪੁਲਿਸ ਅਫਸਰਾਂ ਨੂੰ ਮਾਰ ਦਿੱਤਾ ਹੈ ਪਾਕਿਸਤਾਨ ਨੇ, ਭਾਰਤ ਦੇ BSF ਜਵਾਨ ਦੇ ਸਰੀਰ ਦੇ ਨਾਲ ਛੇੜਛਾੜ ਕਰਕੇ ਉਹਦੀ ਬਾਡੀ ਜਿਹੜੀ ਇੱਥੇ ਪਹੁੰਚਾਈ ਹੈ, ਅੱਤਵਾਦੀਆਂ ਦੇ ਨਾਮ ਡਾਕ ਟਿਕਟਾਂ ਜਾਰੀ ਕੀਤੀਆਂ ਨੇ, ਸੋ ਇਸ ਸਭ ਦੇ ਮੱਦੇਨਜ਼ਰ ਵੀ ਤੁਹਾਨੂੰ ਲੱਗਦਾ ਕਿ ਇਸ ਤੋਂ ਬਾਅਦ ਵੀ ਭਾਰਤ ਨੂੰ ਜਿਹੜਾ ਸਟੈਪ ਚੱਕਣਾ ਚਾਹੀਦਾ ਜਾਂ ਨਹੀਂ, ਜਾਂ ਫਿਰ ਜੇ ਭਾਰਤ ਨੇ ਗੱਲਬਾਤ ਨਾ ਕਰਨ ਦਾ ਫੈਸਲਾ ਕੀਤਾ ਉਹ ਸਹੀ ਹੈ? ਨਹੀਂ, ਭਾਰਤ ਦਾ ਗੱਲਬਾਤ ਬਿਲਕੁਲ ਬੰਦ ਕਰਨ ਦਾ ਫੈਸਲਾ ਬਿਲਕੁਲ ਹੀ ਜ਼ਿਆਦਾ ਗਲਤ ਹੈ, ਕਿਉਂਕਿ ਇਹੀ ਤਾਂ ਉਹ ਲੋਕ ਚਾਹੁੰਦੇ ਆ ਕਿ ਭਾਰਤ ਗੱਲਬਾਤ ਕਰਨੀ ਬੰਦ ਕਰ ਦੇਵੇ। ਇਸ ਕਰਕੇ ਸਾਨੂੰ ਕੰਟਰੋਲ ਲੈਣਾ ਚਾਹੀਦਾ ਉਹਨਾਂ ਦੇ ਹੱਥੋਂ, ਮਤਲਬ ਉਹਨਾਂ ਦੇ ਉੱਪਰ ਕੰਟਰੋਲ ਸਾਨੂੰ ਪੂਰਾ ਰੱਖਣਾ ਚਾਹੀਦਾ, ਦਬਾ ਕੇ ਰੱਖਣਾ ਚਾਹੀਦਾ ਪਾਕਿਸਤਾਨ ਨੂੰ। ਕਰਤਾਰਪੁਰ ਸਾਹਿਬ ਲਾਂਘੇ ਦੇ ਪਿਛਲੇ ਬੜੇ ਦਿਨਾਂ ਤੋਂ ਜਿਹੜਾ ਸਿਆਸਤ ਵੀ ਗਰਮਾਈ ਹੋਈ ਹੈ, ਲੱਗ ਰਿਹਾ ਸੀਗਾ ਕਿ ਸ਼ਾਇਦ ਨਿਊਯਾਰਕ ਦੇ ਵਿੱਚ ਗੱਲਬਾਤ ਹੋਵੇਗੀ ਤਾਂ ਇਹ ਲਾਂਘਾ ਖੁੱਲ੍ਹਣ ਦੇ ਕੁਝ ਆਸਾਰ ਬਣਨਗੇ, ਪਰ ਹੁਣ ਗੱਲਬਾਤ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਹੈ, ਤਾਂ ਕੀ ਲੱਗਦਾ ਕਿ ਇਹ ਮੁੱਦਾ ਵੀ ਹੁਣ ਇੱਥੇ ਖਤਮ ਹੋ ਜਾਵੇਗਾ, ਕਦੇ ਵੀ ਲਾਂਘਾ ਖੁੱਲ੍ਹ ਪਾਵੇਗਾ ਜਾਂ ਨਹੀਂ? ਮੁੱਦਾ ਤਾਂ ਮੈਮ ਮਤਲਬ ਇਹਦੇ ਕਰਕੇ ਜੋ BSF ਦੇ ਜਵਾਨ ਨਾਲ ਹੋਇਆ ਉਹਦੇ ਕਰਕੇ ਓਬਵੀਅਸਲੀ ਹੋਣਾ ਹੀ ਸੀਗਾ, ਤਾਂ ਉਹ ਦੇਖਦੇ ਹਾਂ ਤਾਂ ਹੁਣ ਪੰਜਾਬ ਸਰਕਾਰ ਕੁਛ ਹੋਰ ਕਹਿ ਰਹੀ ਹੈ, ਸੈਂਟਰ ਕੁਛ ਹੋਰ ਕਹਿ ਰਿਹਾ ਵੀ ਲਾਂਘੇ ਦੇ ਰਿਗਾਰਡਿੰਗ, ਉਹਨਾਂ ਦੀ ਕੋਈ ਓਫੀਸ਼ੀਅਲ ਸਟੇਟਮੈਂਟ ਅਜੇ ਤੱਕ ਆਈ ਨਹੀਂ ਫਿਲਹਾਲ, ਕੋਈ ਸਰਕਾਰ ਨੇ ਕੁਛ ਨਹੀਂ ਕਿਹਾ ਵਗੈਰਾ, ਅਤੇ ਜੋ ਹਿਸਾਬ ਨਾਲ ਇਸ ਟਾਈਮ ਹਾਲਾਤ ਚੱਲ ਰਿਹਾ ਹੈ, ਕੋਈ ਮੈਨੂੰ ਤਾਂ ਨਹੀਂ ਲੱਗਦਾ ਹੋ ਸਕਦਾ ਕੁਛ ਵੀ, ਕਿਉਂਕਿ ਉੱਥੇ ਪਾਵਰ ਜ਼ਿਆਦਾ ਆਰਮੀ ਦੀ ਹੈ ਸਰਕਾਰ ਨੂੰ ਜ਼ਿਆਦਾ, ਇਸ ਲਈ ਕੋਈ ਸਰਕਾਰ ਅਜੇ ਤੱਕ 5 ਸਾਲ ਟਿਕ ਨਹੀਂ ਸਕੀ ਉੱਥੇ, ਸੋ ਇਸ ਲਈ ਉੱਦਾਂ ਹੋਣਾ ਚਾਹੀਦਾ ਇਨੀਸ਼ੀਏਟਿਵ ਦੋਨੇ ਸਰਕਾਰਾਂ ਨੂੰ, ਜੇ ਕੋਈ ਮਿਲ ਕੇ ਉਹ ਕਰਨਾ ਚਾਹੀਦਾ ਹੈਗਾ ਕੁਛ, ਕੋਈ ਫਾਇਦੇ ਬਹੁਤ ਨੇ ਇਹਦੇ, ਟ੍ਰੇਡ 'ਚ ਆਸਾਨੀ ਹੋ ਜਾਣੀ ਅਫਗਾਨਿਸਤਾਨ ਵੇ ਉੱਦਾਂ। ਕੀ ਨਾਮ ਹੈ? ਗੁਰਪ੍ਰੀਤ ਸਿੰਘ ਮਾਨ। ਗੁਰਪ੍ਰੀਤ, ਹੁਣ ਤੱਕ ਪਾਕਿਸਤਾਨ ਦੇ ਨਾਲ ਜਿੰਨੀ ਵਾਰ ਵੀ ਕੋਸ਼ਿਸ਼ ਕੀਤੀ ਗਈ ਹੈ ਗੱਲਬਾਤ ਕਰਨ ਦੀ, ਕਦੇ ਸਾਨੂੰ ਕਾਰਗਿਲ ਮਿਲਿਆ ਹੈ ਤੇ ਕਦੇ ਸਾਡੇ ਜਵਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ, ਕੀ ਲੱਗਦਾ ਕਿ ਹੁਣ ਇਮਰਾਨ ਖਾਨ ਨੇ ਜਿਹੜੀ ਚਿੱਠੀ ਲਿਖੀ ਹੈ ਮੋਦੀ ਨੂੰ ਕਿ ਉਹ ਗੱਲਬਾਤ ਕਰਨਾ ਚਾਹੁੰਦੇ ਨੇ, ਇਸ ਪਿੱਛੇ ਉਹਨਾਂ ਦੀ ਮਨਸ਼ਾ ਸਾਫ਼ ਹੈ ਜਾਂ ਹਜੇ ਵੀ ਕੋਈ ਚਾਲ ਹੈ? ਨਹੀਂ, ਹੁਣ ਲੱਗ ਰਿਹਾ ਕਿਉਂਕਿ ਉਹਨਾਂ ਦੇ ਉਹ ਰਿਪਬਲਿਕਨ ਇੱਕ ਨਵੇਂ PM ਚੁਣੇਗੇ, ਹੁਣ ਲੱਗ ਰਿਹਾ ਵੀ ਉਹ ਸ਼ਾਇਦ ਕੁਛ ਗੱਲਬਾਤ ਕਰਨਾ ਚਾਹੁੰਦੇ ਨੇ, ਪਰ ਜਿੱਦਾਂ ਵੀ ਜਦੋਂ ਆਪਣੇ ਨਵਜੋਤ ਸਿੰਘ ਸਿੱਧੂ ਗਏ ਸੀਗੇ, ਜਦੋਂ ਉਹਨਾਂ ਨੇ ਸਹੁੰ ਚੁੱਕਣੀ ਸੀਗੀ PM ਦੀ, ਉਦੋਂ ਉਹਨਾਂ ਨੂੰ ਕਰਤਾਰਪੁਰ ਲਾਂਘੇ ਬਾਰੇ ਉਹਨਾਂ ਨੇ ਗੱਲ ਨਹੀਂ ਕੀਤੀ, ਉਹਨਾਂ ਨੂੰ ਅਫੀਸ਼ਲੀ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ, ਉਹ ਗੱਲ ਮਿਲਟਰੀ ਦੇ ਜਿਹੜੇ ਜਨਰਲ ਨੇ ਬਾਜਵਾ ਉਹਨਾਂ ਨੇ ਕੀਤੀ ਹੈ, ਜੋ ਇਹ ਮਤਲਬ ਇਹ ਚੀਜ਼ਾਂ ਦੱਸ ਰਹੇ ਹਨ ਵੀ ਹਾਲੇ ਵੀ ਮਿਲਟਰੀ ਰੂਲ ਚੱਲ ਰਿਹਾ, ਹਾਲੇ ਵੀ ਕੁਛ ਮਤਲਬ ਲੋਕਾਂ ਦੀ ਡੈਮੋਕ੍ਰੇਸੀ ਦਾ ਕੁਛ ਮਤਲਬ ਫਾਇਦਾ ਹੋ ਨਹੀਂ ਰਿਹਾ, ਪਰ ਇਹ ਮੈਂ ਚਾਹੁੰਦਾ ਵੀ ਇਹ ਹੋਵੇ ਕਿਉਂਕਿ ਸਾਡੇ ਇੱਧਰ ਦੇ ਸਿੱਖ ਹੈਗੇ ਤਾਂ ਸਾਡੇ ਹੀ ਲੋਕ ਨੇ, ਇੱਥੋਂ ਹੀ ਗਏ ਨੇ ਸਾਰੇ, ਆਪਣੇ ਹੀ ਨੇ, ਆਪਣੇ ਸਿੱਖਾਂ ਦੇ ਕਿੰਨੇ ਮਤਲਬ ਇਤਿਹਾਸ ਜੁੜਿਆ, ਕਿੰਨਾ ਕੁਛ ਆ, ਲਾਂਘਾ ਤਾਂ ਮਿਲਣਾ ਚਾਹੀਦਾ, ਉਹਦੇ ਲਈ ਤਾਂ ਗੱਲ ਕਰਨੀ ਚਾਹੀਦੀ ਹੈ। ਕੱਲ੍ਹ ਸਿੱਧੂ ਦੇ ਦੌਰੇ ਦੀ ਕੀਤੀ ਤਾਂ ਨਵਜੋਤ ਸਿੰਘ ਸਿੱਧੂ ਤਾਂ ਲਗਾਤਾਰ ਦਾਅਵੇ ਕਰ ਰਹੇ ਨੇ ਕਿ ਪਾਕਿਸਤਾਨ ਵੱਲੋਂ ਉਹਨਾਂ ਨੂੰ ਮੈਸੇਜ ਵੀ ਆ ਰਹੇ ਨੇ ਇਮਰਾਨ ਖਾਨ ਦੇ, ਅਤੇ ਪਾਕਿਸਤਾਨ ਲਾਂਘਾ ਖੋਲ੍ਹਣ ਦੇ ਮੂਡ ਦੇ ਵਿੱਚ ਹੈ, ਪਰ ਕਿਉਂਕਿ ਅਜੇ ਤੱਕ ਕੋਈ ਅਧਿਕਾਰਿਤ ਐਲਾਨ ਨਹੀਂ ਹੋਇਆ, ਪਰ ਸਿੱਧੂ ਲਗਾਤਾਰ ਦਾਅਵੇ ਕਰ ਰਹੇ ਨੇ। ਨਹੀਂ, ਉਹ ਮੈਨੂੰ ਨਹੀਂ ਪਤਾ, ਪਰ ਮੈਂ ਜਦੋਂ ਉਹ ਗਏ ਸੀਗੇ ਉੱਥੋਂ, ਉਦੋਂ ਉਹਨਾਂ ਨੂੰ PM ਨੇ ਕੁਛ ਨਹੀਂ ਸਿੱਖਿਆ, ਜਦੋਂ ਕਿ ਉਹਨਾਂ ਦਾ ਬਣਦਾ ਸੀ ਮਤਲਬ ਕਿ ਸਰਕਾਰ ਵੱਲੋਂ ਕੁਛ ਹੋਣਾ ਚਾਹੀਦਾ, ਉਦੋਂ ਜਨਰਲ ਬਾਜਵਾ ਉਹਨਾਂ ਦੇ ਜਿਹੜੇ ਉਹਨਾਂ ਵੱਲੋਂ ਸਟੇਟਮੈਂਟ ਦਿੱਤੀ ਗਈ ਸੀ, ਇਹ ਉਹਨਾਂ ਦਾ ਨਹੀਂ ਬਣਦਾ, ਆਰਮੀ ਦੇ ਵਿੱਚ ਇੱਦਾਂ ਰੂਲ ਨਹੀਂ ਦੇਣ ਵਾਲੇ, ਜਦੋਂ ਡੈਮੋਕ੍ਰੇਸੀ ਜਾਂ ਰਿਪਬਲਿਕਨ ਉਹਦਾ ਇੱਦਾਂ ਉਹਨਾਂ ਦਾ ਨਹੀਂ ਬਣਦਾ। ਤੁਸੀਂ ਮੰਨਦੇ ਹੋ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਟੇਬਲ ਟਾਕ ਹੋਣੀ ਚਾਹੀਦੀ ਹੈ? ਬਿਲਕੁਲ ਹੋਣੀ ਚਾਹੀਦੀ ਆ, ਇਹਦੇ ਬਹੁਤ ਫਾਇਦੇ ਨੇ, ਇੱਕ ਤਾਂ ਆਪਣੀ ਨੇਬਰ ਕੰਟਰੀ ਆ, ਪੀਸ ਰਹੂਗਾ, ਆਪਾਂ
ਬਿਲਕੁਲ ਨਰਮਈ ਤਾਂ ਨਹੀਂ ਵਰਤਣੀ ਚਾਹੀਦੀ ਪਾਕਿਸਤਾਨ ਦੇ ਨਾਲ, ਪਰ ਜਦੋਂ ਗੱਲ ਕਰਤਾਰਪੁਰ ਲਾਂਘੇ ਦੀ ਆਉਂਦੀ ਹੈ ਤਾਂ ਪਾਕਿਸਤਾਨ ਦੇ ਨਾਲ ਭਾਰਤ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਇਹ ਦੁਵੱਲੀ ਗੱਲਬਾਤ ਹੋਵੇਗੀ ਤਾਂ ਉਹ ਹਜ਼ਾਰਾਂ ਸਿੱਖ, ਲੱਖਾਂ ਸਿੱਖ ਜਿਹੜੇ ਇੰਨੇ ਸਾਲਾਂ ਤੋਂ ਉਮੀਦ ਕਰ ਰਹੇ ਸੀਗੇ ਕਿ ਕਰਤਾਰਪੁਰ ਲਾਂਘਾ ਖੁੱਲ੍ਹੇਗਾ, ਉਹ ਦਰਸ਼ਨ ਹੋ ਸਕਣਗੇ, ਪਰ ਨਾਲ ਦੀ ਨਾਲ ਜਿਹੜਾ ਹੈ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਆਉਣ ਵਾਲਾ, ਇਸ ਕਰਕੇ ਪਾਕਿਸਤਾਨ ਦੇ ਨਾਲ ਦੁਵੱਲੀ ਗੱਲਬਾਤ, ਟੇਬਲ ਟਾਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਇਸ ਸਭ ਦੇ ਵਿਚਾਲੇ ਹੁਣ ਸਵਾਲ ਵੱਡਾ ਹੀ ਹੈ ਕਿ ਆਖਿਰਕਾਰ ਭਾਰਤ ਪਾਕਿਸਤਾਨ ਦੀ ਗੱਲਬਾਤ ਜਿਹੜੀ ਬੰਦ ਹੋ ਗਈ ਹੈ, ਕਰਤਾਰਪੁਰ ਲਾਂਘਾ ਖੋਲ੍ਹਣ ਦੀ ਜਿਹੜੀ ਥੋੜ੍ਹੀ ਜਿਹੀ ਉਮੀਦ ਜਗੀ ਸੀ ਉਹ ਮੁੜ ਤੋਂ ਜਿਹੜੀ ਹੈ ਉਹ ਬੁੱਝ ਗਈ ਹੈ, ਆਖਿਰਕਾਰ ਫਿਰ ਤੋਂ ਵੱਡਾ ਸਵਾਲ ਉਹੀ ਹੈ ਕਦੋਂ ਖੁੱਲ੍ਹੇਗਾ ਲਾਂਘਾ। ਅੱਜ ਤੋਂ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਕੱਲ੍ਹ ਫਿਰ ਹਾਜ਼ਰ ਹੋਵਾਂਗੇ, ਲਵਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ ਕਰਾਂਗੇ ਗੱਲਬਾਤ। ਫਿਲਹਾਲ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।